ਪਾਸੇ ਨੇ ਭੇਜਿਆ ਨਿਊਟਰਲ ਜ਼ੋਨ ਦੇ ਵਿੱਚ ਉਹ ਟਾਕਰਾ ਕਿਵੇਂ ਹੋਣਾ ਸੀ ਜ਼ਬਰਦਸਤ ਪਰ ਮਸਾਂ ਬਚਾ ਕੀਤਾ ਤੇ ਹੁਣ ਫੇਰ ਲੜ ਪਏ ਰਨੇ ਬੋਰਕ ਹਜੇ ਦਸਤਾਨੇ ਵੀ ਨਹੀਂ ਸੀ ਲਾਏ ਤੇ ਕੋਲਟਨ ਔਰ ਨੇ ਉਹਨੂੰ ਘਸੁੰਡ ਮਾਰ ਕੇ ਉਹਨੂੰ ਥੱਲੇ ਸਿੱਟ ਦਿੱਤਾ ਉਧਰੋਂ ਜੋਰਜਸ ਅਤੇ ਨਾਲ ਨਾਲ ਮਕਲੇਰਨ ਆਪਸ ਵਿੱਚ ਲੜ ਪਏ ਤੇ ਮਕਲੇਰਨ ਹੱਸੀ ਜਾ ਰਿਹਾ ਕਹਿੰਦਾ ਤੇਰੇ 'ਚ ਇੰਨਾ ਹੀ ਜ਼ੋਰ ਹੈ ਇੰਨਾ ਹੀ ਜ਼ੋਰ ਹੈ ਤੁਸੀਂ ਦੇਖੋ ਕਿਸ ਤਰ੍ਹਾਂ ਮਕਲੇਰਨ ਕਿੰਨਾ ਉੱਚਾ ਉਹਦੇ ਨਾਲੋਂ ਜੋਰਜਸ ਨਾਲੋਂ ਹਾਂ ਤੇ ਹੱਸੀ ਜਾ ਰਿਹਾ ਕਿਹਾ ਵੀ ਇਹ ਤਾਂ ਜਵਾਕਾਂ ਵਾਲਾ ਖੇਲ ਲਾ ਮੇਰੇ ਵਾਸਤੇ ਤੇ ਜੋਰਜਸ ਕਹਿੰਦਾ ਤੂੰ ਚੁੱਪ ਕਰ ਓਏ ਤੇਰੇ ਦੰਦ ਦਿਖਾਈ ਜਾਂਦਾ ਮੈਨੂੰ ਤੇ ਇੱਥੇ ਰੈਫਰੀ ਸਾਹਿਬਾਂ ਨੂੰ ਵਿੱਚ ਆਉਣਾ ਚਾਹੀਦਾ ਸੀਗਾ ਹੁਣ ਤਾਂ ਨਹੀਂ ਪਰ ਪਹਿਲਾਂ ਮਾੜਾ ਜਿਹਾ ਰੁਕੇ ਸੀਗੇ ਜੀ ਜੀ ਉਹਨਾਂ ਨੂੰ ਵਿੱਚ ਆਉਣਾ ਚਾਹੀਦਾ ਸੀ ਕਿਉਂਕਿ ਹਾਂ ਇੱਥੇ ਹੀ ਸੱਟਾਂ ਲੱਗਦੀਆਂ ਵਜਾ ਹਾਂ ਇਹ ਡਾਂ ਚੇਰੀ ਨੇ ਵੀ ਪਿਛਲੇ ਦੋ ਹਫ਼ਤਿਆਂ 'ਚ ਕਿਹਾ ਸੀ ਅਤੇ ਦੇਖੋ ਕਿੰਨੀਆਂ ਲੜਾਈਆਂ ਹੁਣ ਬੈਂਚ ਦੇ ਵਿੱਚ ਵੀ ਕਿੰਨੀ ਥਾਂ ਮਿਲ ਗਈ ਕਿਉਂਕਿ ਉਹ ਕਿੰਨੇ ਖਿਡਾਰੀਆਂ ਨੂੰ ਤਾਂ ਉਹਨਾਂ ਨੇ ਕੱਢ ਦਿੱਤਾ ਗੇਮ ਦੇ ਵਿੱਚੋਂ ਸੋ ਫਰੇਜ਼ਰ ਮਕਲੇਰਨ ਦੇਖੋ ਕਿਵੇਂ ਪਲਕੈਨਿਟਸ ਨੂੰ ਤਾਂ ਬਿਲਕੁਲ ਹੀ ਜੇ ਇਹ ਹਿੱਟ ਹੋ ਜਾਂਦਾ ਨਾ ਪਲਕੈਨਿਸ ਨੂੰ ਸੁਰਤ ਨਹੀਂ ਸੀ ਰਹਿਣੀ ਇਹੋ ਜਿਹਾ ਸੀ ਕੋਲਟਨ ਔਰ ਤਾਂ ਉਹਦਾ ਸਿਰ ਲਾਉਣ ਨੂੰ ਤਿਆਰ ਸੀਗਾ ਕਿੱਡੀ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਨਿਊਟਰਲ ਜ਼ੋਨ ਦੇ ਵਿੱਚ ਅਤੇ ਉਸ ਕਾਰਨ ਫਿਰ ਗੁੱਸਾ ਕੀਤਾ ਟੋਰਾਂਟੋ ਦੇ ਖਿਡਾਰੀਆਂ ਨੇ ਮੌਂਟਰੀਅਲ ਦੇ ਖਿਡਾਰੀਆਂ ਨੇ ਮਾਫ਼ ਕਰਨਾ ਕਿਉਂਕਿ ਇਹ ਪਲਕੈਨਿਸ ਮਸਾਂ ਆਪਦੇ ਆਪ ਦਾ ਬਚਾਅ ਕੀਤਾ ਅਤੇ ਕੋਲਟਨ ਔਰ ਵੀ ਤੁਸੀਂ ਦੇਖੋ ਬੋਰਕ ਨੂੰ ਥੱਲੇ ਸਿੱਟਦਾ ਨਾਲ ਦੀ ਨਾਲ ਉਹਨੂੰ ਥੱਲੇ ਸਿੱਟ ਕੇ ਕਿਸੇ ਹੋਰ ਨੂੰ ਵੀ ਕਿਸਮ ਮਾਰ ਦਿੱਤਾ ਅਤੇ ਕਾਰਲਾਇਲ ਕਹਿੰਦਾ ਤੁਸੀਂ ਗੇਮ ਬਹੁਤ ਹੀ ਵਧੀਆ ਖੇਡਦੇ ਜਿਸ ਤਰ੍ਹਾਂ ਹੀ ਖੇਡਦੇ ਰਹੀਏ ਤਾਂ ਪਲੇਅ ਆਫਸ ਕੀ ਆ ਵੀ ਸਟੈਨਲੀ ਕੱਪ ਤੱਕ ਪਹੁੰਚ ਸਕਦੇ ਹਾਂ ਅਤੇ ਵਾਜੀ ਵਾਹ ਇਹ ਗੱਲ ਹੁਣ ਆਪਾਂ ਰਿਕਾਰਡ ਕਰਕੇ ਯਾਦ ਰੱਖਦੇ ਹਾਂ ਵੀ ਕਿੱਥੇ ਕਿਹਾ ਸੀ ਇੰਦਰਪ੍ਰੀਤ ਜੀ ਨੇ ਅਤੇ ਉਧਰੋਂ ਜਾਸ ਜੋਰਜਸ ਕਿਵੇਂ ਰੈਂਡੀ ਕਾਰਲਾਇਲ ਅਤੇ ਟੋਰਾਂਟੋ ਦੇ ਬੈਂਚ ਨਾਲ ਹਜੇ ਵੀ ਗੱਲਾਂ ਬਾਤਾਂ ਕਰ ਰਿਹਾ ਸੀ ਅਤੇ ਮਿਸ਼ੈਲ ਟੇਰੀਅਨ ਵੈਸੇ ਥੋੜ੍ਹਾ ਜਿਹਾ ਗੁੱਸੇ ਵੀ ਹੋ ਸਕਦਾ ਕਿ ਕਾਰਲਾਇਲ ਨੇ ਔਰ ਵਾਲੀ ਲਾਈਨ ਮਕਲੇਰਨ ਜਿਹੜੇ ਤਕਰੀਬਨ ਧੱਕੜ ਸ਼ਾਹ ਖਿਡਾਰੀ ਹੀ ਨੇ ਹੋਰ ਉਹਨਾਂ ਨੂੰ ਕੰਮ ਨਹੀਂ ਹੈਗਾ ਉਹਨਾਂ ਨੂੰ ਇਹ ਹੁਣ ਗੇਮ ਦੀ ਸਥਿਤੀ ਇੰਨੀ ਪਹੁੰਚੀ ਹੋਈ ਵੀ ਐਵੇਂ ਉਹਨਾਂ ਨੂੰ ਕਾਹਤੋਂ ਸਮਾਂ ਦੇ ਰਿਹਾ ਸੋ ਔਰ ਨੇ ਤਾਂ ਪਲਕੈਨਿਸ ਨੂੰ ਵੀ ਹਲਾਤਾ ਸੀ ਉਸ ਤੋਂ ਬਾਅਦ 'ਚ ਬਹੁਤ ਗੁੱਸਾ ਕੀਤਾ ਸਾਰਿਆਂ ਨੇ ਸੋ ਇਸ ਗੇਮ ਦੇ ਉੱਤੇ ਮੋਹਰ ਐਸੀ ਲੱਗ ਗਈ ਹੈ ਕਿ ਜਿਹੜੀਆਂ ਇਹਨਾਂ ਦੇ ਆਪਸ ਵਿੱਚ ਹੋਰ ਗੇਮਾਂ ਹੋਣਗੀਆਂ ਸੀਜ਼ਨ ਦੇ ਵਿੱਚ ਉਹਦੇ ਵਿੱਚ ਵੀ ਆਪਾਂ ਨੂੰ ਹੁਣ ਸ਼ਰਿਆਂ ਪਤਾ ਕਿ ਲੜਾਈ ਝਗੜਾ ਹੋਵੇਗਾ ਜ਼ਰੂਰ ਬਿਲਕੁਲ ਜੀ ਅਤੇ ਇੱਥੇ ਰੈਫਰੀ ਸਾਹਿਬਾਂ ਨੂੰ ਬਹੁਤ ਹੀ ਕੋਸ਼ਿਸ਼ ਕਰਨੀ ਪਊਗੀ ਵੀ ਉਹਨਾਂ ਦੇ ਹੱਥੋਂ ਗੇਮ ਨਾ ਛੁੱਟ ਜਾਵੇ ਕਿਉਂਕਿ ਹੁਣ ਅਖੀਰਲੇ 5 ਮਿੰਟਾਂ ਵਿੱਚ ਮੌਂਟਰੀਅਲ ਤੋਂ ਲੜਾਈ ਦੇ ਮਾਹੌਲ ਵਿੱਚ ਤਿਆਰ ਹੀ ਹੈਗਾ ਵਾ ਅਤੇ ਸ਼ਾਇਦ ਹੋਰ ਵੀ ਲੜਾਈਆਂ ਕਰੂਗੇ ਰੈਫਰੀ ਸਾਹਿਬਾਂ ਨੂੰ ਕੋਸ਼ਿਸ਼ ਇਹਨਾਂ ਨੂੰ ਕਰਨੀ ਪਊਗੀ ਵੀ ਇਹ ਗੇਮ ਸਿਰਫ ਲੜਾਈ ਦੇ ਉੱਪਰ ਨਾ ਚੱਲੇ ਹੋਣ